ਹਰੇ ਕੋਈ ਇਹੋ ਜਿਹੀ ਆ ਇਹ ਜਾਣਦੇ ਪੁੱਤ ਨੇ ਨਵੀਂ ਨਵੀਂ ਕਮਾਈ ਲਈ ਆ ਕਿਸ਼ਤਾਂ ਤੇ ਲਈ ਭਾਈ ਹਾਂ ਯਾਰ ਕਿਸ਼ਤਾਂ ਤੇ ਲੈਣੀਆਂ ਪੈਂਦੀਆਂ ਹੋਰ 15-20 ਸਾਲ ਦੀ ਜੇਲ੍ਹ ਚ ਹੁੰਦਾ ਗੱਲ ਇਹ ਆ ਬਈ ਉਹਨੇ ਨਵੀਂ ਨਵੀਂ ਕਮਾਈ ਲਈ ਆ ਤੇ ਨਵਾਂ ਨਵਾਂ ਵਿਆਹ ਕਰਵਾਇਆ ਕਿਸ਼ਤਾਂ ਤੇ ਯਾਰ ਕਿਸ਼ਤਾਂ ਤੇ ਕਰਾਇਆ ਇਹ ਨਹੀਂ ਹੋ ਸਕਦਾ ਬਾਕੀ ਪੰਜਾਬ ਚ ਜੋ ਮਰਜ਼ੀ ਹੋ ਜਾਏ ਪਰ ਵਿਆਹ ਜਿਹੜੇ ਕਿਸ਼ਤਾਂ ਤੇ ਹੁੰਦੇ ਆ ਨਾ ਭਾਈ ਇਹਦੀ ਇਹ ਗੱਲ ਸਹੀ ਗੱਲ ਪੰਜਾਬ ਦੇ ਵਿੱਚ ਤਾਂ ਜਦੋਂ ਮੁੰਡਾ ਜੰਮਦਾ ਤੇ ਵਿਆਹ ਦੀਆਂ ਤਿਆਰੀਆਂ ਉਦੋਂ ਹੀ ਸ਼ੁਰੂ ਹੋ ਜਾਂਦੀਆਂ ਸੋ ਗੱਲ ਇਹ ਆ ਵੀ ਨਵੀਂ ਨਵੀਂ ਕਮਾਈ ਲਈ ਆ ਤੇ ਨਵਾਂ ਨਵਾਂ ਵਿਆਹ ਕਰਾਇਆ ਤੇ ਆਪ ਸਾਰਾ ਦਿਨ ਜਾ ਕੇ ਕਮਾਈ ਨੂੰ ਤੇ ਬੈਠਾ ਰਹਿੰਦਾ ਜਦੋਂ ਸ਼ਾਮ ਨੂੰ ਘਰੇ ਮੁੰਡਾ ਫਿਰ ਕਲਾਸ ਲੱਗਦੀ ਆ ਕਹਿੰਦੀ ਸਾਰਾ ਦਿਨ ਤੇਰਾ ਲੰਘਦਾ ਕਮਾਈ ਤੇ ਕਿਵੇਂ ਸੋਹਣਿਆ ਕਹਿੰਦਾ ਇੰਨੀਆਂ ਸੌਖੀਆਂ ਨੀ ਕਮਾਈਆਂ ਚਲਾਉਣੀਆਂ ਹੈ ਆਹਦਾ ਘਰੇ ਇੱਧਰੋਂ ਆਹ ਤਰਨ ਤਾਰਨ ਵਾਲੇ ਪਾਸੇ ਉਹ ਪਟਿਆਲੇ ਵੀ ਜਾਣਾ ਪੈਂਦਾ ਕਦੀ ਐਮਪੀ ਵਾਲੇ ਪਾਸੇ ਵੀ ਜਾਣਾ ਪੈਂਦਾ ਤਾਂ ਕਰਕੇ ਜਾ ਕੇ ਕਮਾਈਆਂ ਦੇ ਖਰਚੇ ਪੂਰੇ ਹੁੰਦੇ ਆ ਕਹਿੰਦਾ ਬਾਹਲੀ ਔਖੀ ਹੁੰਦੀ ਆ ਕਮਾਈ ਜੱਟ ਦੀ ਨਿਕਲੇ ਜਾਣੀ ਆ ਵੀ ਆਹ ਉਹ ਗਰਾਰੀ ਵਾਲੀ ਗੱਲ ਨਹੀਂ ਹੋ ਜਾਣੀ ਗੱਲ ਪਤਾ ਕੀ ਆ
ਆ ਜਿਹੜੇ ਤਾਂ ਬੰਦੇ ਪੈਕੇ ਸ਼ਕਣ ਆਉਣ ਵਾਲੇ ਆ ਉਹਨਾਂ ਨੂੰ ਤਾਂ ਗੱਲ ਉਵੇਂ ਸਮਝ ਆ ਜਾਂਦੀ ਹੈ। ਖਾਸ ਕਰ ਜਦੋਂ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਉਦੋਂ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਉਹ ਹੋਰ ਜਿਹੜੀ ਮਰਜ਼ੀ ਗੱਲ ਹੁੰਦੀ ਹੈ ਕੋਈ ਚੱਕਰ ਨਹੀਂ ਬਣਦਾ, ਪਰ ਜਦੋਂ ਕਿਤੇ ਪੈਕ ਦੀ ਗੱਲ ਆ ਗਈ ਤੇ ਨਾਲ ਦੀ ਨਾਲ ਹੀ ਪਤਾ ਨਹੀਂ ਕੀ ਹੋ ਜਾਂਦਾ, ਘੂੜੀਆਂ ਜਾਂ ਵੰਡਣੀਆਂ ਸ਼ੁਰੂ ਕਰ ਦਿੰਦੀਆਂ। ਉਹ ਤੈਨੂੰ ਪਤਾ ਪੀਣੀ ਸਿਹਤ ਲਈ ਹਾਨੀਕਾਰਕ ਨਾਲੇ ਕੰਡਾ ਕੌੜੀ ਬਣੀ ਹੁੰਦੀ ਟੇਸਟੀ। ਅੱਛਾ ਕੌੜੀ ਹੁੰਦੀ ਆ ਮਾਝੇ ਵਾਲੀ, ਉਹ ਗੱਲ ਕੌੜੀ ਕੌੜੀ ਵਾਲੀ ਨਹੀਂ ਕੋਈ ਗੱਲ, ਪਤਾ ਕੀ ਆ ਅਜੇ ਨਵੀਂ ਨਵੀਂ ਆਈ ਆ ਨਾ ਸ਼ਹਿਰੋਂ, ਨਵਾਂ ਨਵਾਂ ਵਿਆਹ ਹੋਇਆ, ਅਜੇ ਸਾਡੇ ਪਿੰਡਾਂ ਵਾਲੇ ਹਿਸਾਬ ਕਿਤਾਬ ਦਾ ਕੋਈ ਜਿਹੜਾ ਪਤਾ ਨਹੀਂ ਲੱਗਾ। ਜਦੋਂ ਪਹਿਲਾਂ ਗਿਆ ਸੀ ਨਾ ਮੈਂ ਬਈ ਇੱਥੇ ਸਾਡੇ ਪਿੰਡਾਂ 'ਚ ਕੋਈ ਰੈਸਟੋਰੈਂਟ ਨਹੀਂ ਹੁੰਦੇ, ਨਾ ਹੀ ਕੋਈ ਇੱਥੇ ਬਾਰ ਬੂਰ ਦੇ ਹੁੰਦੇ ਪਿੰਡਾਂ 'ਚ, ਕਿੱਥੇ ਜਲਕਾ ਦਾ ਹਿਸਾਬ ਹੁੰਦਾ, ਜਿੱਥੇ ਕਿਤੇ ਟਰੈਕਟਰ ਚੱਲਦਾ ਹੁੰਦਾ ਤਾਂ ਕਮੈਂਟ ਕਮੂਟ ਚੱਲਦੀ ਹੁੰਦੀ ਹੈ, ਤਾਂ ਸੋਚੇ ਖਾਦੇ ਦੇ ਮਾੜੀ ਮੋਟੀ ਲੱਭੀ ਹੁੰਦੀ ਆ। ਸ਼ਾਮ ਸਿਰ ਘੁੱਟ ਲਾ ਕੇ ਸਾਰਾ ਪਿੰਡ ਮਿੱਤਰਾਂ ਦਾ ਕਿਵੇਂ ਲੱਗਦਾ, ਟਰਾਂਸਪੋਰਟ ਵਾਲੇ ਕੀ ਕਿਆ ਬਾਤ ਹੈ, ਉਹਨਾਂ ਨੇ ਢਾਬਾ ਤੇ ਟਰਾਂਸਪੋਰਟ
ਇੱਕ ਹੀ ਗੱਲ ਹੁੰਦੀ ਹੈ, ਲੜਿਆ ਮਿਲਿਆ ਕੰਮ ਹੁੰਦਾ ਹਨਾ, ਚੱਲ ਫਿਰ ਡਰਾਈਵਰ ਵਾਲਾ ਕਹਿੰਦੇ ਪੇਸ਼ ਕਰ ਦੇਣੇ ਆ, ਠੀਕ ਹੈ ਜੀ। ਰੰਗੜਾ ਚੂੜਾ ਵਾਚਾ ਮਾਰੇ ਤੈਨੂੰ ਹੋ ਗਏ ਲੋਟ ਪਿਆਰੇ, ਕਿਉਂਕਿ ਮੈਂ ਪਹਿਲਾਂ ਕਿਹਾ